चौधरी दुबे खाजे से उन सोने होंगे पे। अच्छा अच्छा सोना होता पे आओ आज की कराई 30 रुपये लाए ने अपने तो बिंदा ना पे। अच्छा बा 30 सोना हो गए आओ। अरे 100 लांदा यकीन कर मैं ना एक बंदे दा पुत्र दे सुनाया विचों। अच्छा बा आगे खोते दा पुत्र है। चुप बिल्कुल चुप, हिम्मत कैसे हो तेरी मुंह खोलने की। और सुना? ठीक अल्लाह दा शुक्र। की हो रहा आजकल? वेले वीडियो शूडियो बनाई दिया ने, अपलोड करी दिया ने। वो अब्दुल नानी जी हुंदा, वो दुकान जिने बनाई है। हां ਉਹਦੀ ਕੋਈ ਗੱਲ ਸੁਣਾ ਜਾ। ਆਹੋ ਤੇ ਉਹ ਦੁਕਾਨ ਉਹਨਾਂ ਪਾ ਲਈ ਅਬਦੁਲ ਨਾਨਰ ਆ। ਫਿਰ ਉਹਨਾਂ ਜਿੰਦੇ ਨਾਲ ਕੋਈ ਸਮਾਨ ਸਮੂਨ ਪਾਈਦਾ ਹੈ, ਉਹ ਬੰਬੂ ਜਿਹਾ ਉਹ ਕੋਨਾਂ ਨੇ ਰੱਖਿਆ। ਅੱਛਾ ਗਾਹਕ ਆਇਆ ਉਸ ਘਿਓ ਮੰਗਿਆ, ਉਹ ਉਂਝ ਬੁੱਕ ਭਰ ਕੇ ਉਸ ਪਾ ਦਿੱਤਾ। ਦੁਕਾਨ ਨਵੀਂ ਨਵੀਂ ਪਾਈ ਆਨੇ, ਨਵੀਂ ਨਵੀਂ ਦੁਕਾਨ ਪਾਈ ਆਈ। ਅੱਛਾ ਘਿਓ ਦਿੱਤੋ ਉਸ ਚ, ਮਗਰੋਂ ਇੱਕ ਹੋਰ ਗਾਹਕ ਆਇਆ ਉਸ ਮਰਚਾਂ ਮੰਗੀਆਂ। ਅੱਛਾ ਉਹ ਜਨਾ ਬੁੱਕ ਭਰਿਆ ਮਰਚਾਂ ਪਾ ਦਿੱਤੀਆਂ। ਅੱਛਾ ਤੇ ਪਹਿਲਾਂ ਘਿਓ ਪਾਇਆ ਸੁੱਤੂ ਮਰਚਾਂ ਪਾਈਆਂ ਸੀ, ਤੇ ਉਹ ਹੱਥ ਦੇ ਨਾਲ ਲੱਗ ਗਈਆਂ ਮਰਚਾਂ। ਆ ਘਿਓ ਜਿੱਥੇ ਦਾ ਆਇਆ ਆ ਉਹ ਵਾਸ਼ ਵਾਸ਼ਰੂਮ ਟੁਰ ਗਿਆ ਦਸਤੀ। ਅੱਛਾ ਹੱਥ ਧੋਤੇ ਉਸ ਉੱਥੇ ਲੱਗ ਗਈਆਂ ਮਰਚਾਂ। ਓਏ ਹਾਏ ਹਾਏ ਤੇ ਵਲਸਿੰਦਾ ਬਾਹਰ ਆਇਆ ਨਸਦਾ ਨਸਦਾ ਆਲਾ ਆ ਕੇ ਦੁਕਾਨ ਤੇ ਵੀ ਖਲੋਤਾ ਪਿਆ ਵਲਸੀਵੇ। ਉੱਤੋਂ ਇੱਕ ਮਾਈ ਆ ਗਈ। ਅੱਛਾ ਉਸ ਆਖਿਆ ਪੁੱਤਰਾ ਚੀਨੀ ਕਿਵੇਂ ਲਾਈ ਹੈ? ਇਸ ਆਖਿਆ 100 ਰੁਪਈਏ। ਆਲਾ ਮੁੜ ਉਸ ਪੁੱਛਿਆ ਵੀ ਘਿਓ ਕਿਵੇਂ ਲਾਇਆ? ਉਸ ਆਖਿਆ 150 ਰੁਪਏ ਕਿਲੋ। ਅੱਛਾ ਮੁੜ ਉਸ ਪੁੱਛਿਆ ਬਈ ਮਿਰਚਾਂ ਕਿਵੇਂ ਲਾਈਆਂ ਨੇ? ਉਸ ਆਖਿਆ ਮੈਂ ਤੈਨੂੰ ਕਿਉਂ ਦੱਸਾਂ ਕਿਵੇਂ ਲਾਈਆਂ ਨੇ।